ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇ ਦੇ ਪਾ ਜਰਸ਼ਦ ਅਲੀ ਟੀਵੀ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਗਫਾਰ ਸਭ ਤੋਂ ਪਹਿਲੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਹਰਾਂ ਵਾਲੀ ਵੀਡੀਓ ਤੁਹਾਨੂੰ ਪਹੁੰਚੇ ਉਹ ਤੁਸੀਂ ਵੇਖੋ ਰੋਜ਼ ਦੀ ਨਿਸ਼ਬਤ ਇਨਸ਼ਾ ਅੱਲਾ ਇਨਸ਼ਾ ਅੱਲਾ ਫਜ਼ਲੇ ਖੁਦਾ ਚੰਗੇ ਚੰਗੇ ਜਾਨਵਰ ਦੋਸਤਾਂ ਵੀਰਾਂ ਵਾਸਤੇ ਲੈ ਕੇ ਆਜ਼ਰੂ ਨੇ ਇਨਸ਼ਾ ਅੱਲਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਲੋਕੇਸ਼ਨ ਹੈ ਚੱਕ ਨੰਬਰ 57 ਬਾਰਾ ਤਹਿਸੀਲ ਚਿਚਤਨੀ ਅਸੀਂ ਆਰਫਾਲੇ ਅੱਜ ਫੇਰ ਆਏ ਆ ਇਨਸ਼ਾ ਅੱੱਲਾ ਬੋਲੀ ਬਿੱਲੀ ਮੱਜ ਆ ਭਾਈ ਕੋਲੇ ਅਸੀਂ ਆਏ ਆ ਇਹਦੇ ਤੋਂ ਇਨਸ਼ਾਅੱਲਾ ਸਾਰੀਆਂ ਇਹਦੇ ਜ਼ਬਾਨੀ ਗੱਲਾਂ ਪੁੱਛਾਂਗੇ ਇਤੋਂ ਹੀ ਅਸੀਂ ਗਰੰਟੀਆਂ ਲੈਣੀਆਂ ਇਹਨੂੰ ਅਸੀਂ ਕਵਾਂਗੇ ਕਿ ਝੂਠ ਨਹੀਂ ਮਾਰਨਾ ਸੱਚੀਆਂ ਸੱਚੀਆਂ ਗੱਲਾਂ ਦੱਸੇ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਖੜੇ ਆ ਆਰਫ ਵਾਲੇ ਦੀ ਆਰਫ ਵਾਲੇ ਆਰਫ ਵਾਲੇ ਲੋਕੇਸ਼ਨ ਦੱਸ ਦੇ ਤੋਂ ਦੀ ਤਹਿਸੀਲ ਆਰਫ ਵਾਲਾ ਜ਼ਿਲ੍ਹਾ ਪਾਕਪਤਾਨੀ ਜੀ ਅੱਛਾ ਆਰਫ ਵਾਲੇ ਤੋਂ 7 ਕਿਲੋਮੀਟਰ ਰਟਵਾ ਪਿੰਡ 345 ਲੋ ਜੀ ਮੱਝ ਪਹਿਲਾਂ ਨਾ ਪਹਿਲਾਂ ਲੋ ਜੀ ਕੈਮਰਾਮੈਨ ਸਾਹਿਬ ਪਹਿਲਾਂ ਮੱਥੇ ਵਾ ਦਿਓ ਮਾਸ਼ਾਅੱਲਾ ਬੋਲੀ ਬਿੱਲੀ ਬਿਲਕੁਲ ਸਿੰਘ ਬੜੇ ਪਿਆਰੇ ਮੂੜੇ ਨੇ ਅੱਖ ਬੜੀ ਪਿਆਰੀਆਂ ਨੇ ਲ ਪਹਿਲੀ ਛੱਟੀ ਕਿਉਂਕਿ ਮੂਹ ਮਸਾਲੇ ਦਾ ਬੜਾ ਮਸਲਾ ਬਣਦਾ ਇਹ ਦੇਖੋ ਇਹ ਮਾਸ਼ਾਅੱਲਾ ਵਾਹੋ ਜੀ ਕੈਮਰਾਮੈਨ ਸਾਹਿਬ ਪਿੱਛੋਂ ਤਸੱਲੀ ਕਰਾ ਦੇ ਕੋਈ ਸ਼ੱਕ ਨਾ ਸ਼ੁਬਾ ਨਾ ਰਹਿ ਜੇ ਕੋਲੀ ਕੋਲੀ ਵਾਹਦੀ ਤੁੰਨੀ ਕੋਲੀ ਤੋਂ ਪਾਕ ਇਨਸ਼ਾਅੱਲਾ ਇਹ ਪਿਓਰ ਨੀਲੀ ਦੀ ਪਹਿਲਾਂ ਚੋਟੀ ਛੱਡੀ ਆਰਤੋਂ ਨੇ ਪਾ ਤੇ ਪਿਓਰ ਨੀਲੀ ਦੀ ਮਾਸ਼ਾਅੱਲਾ ਦੁੱਧ ਦੱਸ ਦਸੀ ਜਾਂਦਾ ਵਿਰਲਾ ਬੜੀਆਂ ਫੁੱਟ ਫੁੱਟ ਤੇ ਵਿਰਲ ਲੱਗੀ ਹੋਈ ਆ ਬਿਲਕੁਲ ਚੌਹ ਨੁਕਰਾਂ ਤੇ ਥਣ ਲੱਗੇ ਨੇ ਇਹਦੇ ਇਹ ਤੁਸੀਂ ਵੇਖ ਲਓ ਮਾਸ਼ਾਅੱਲਾ ਪਿਓਰ ਨੀਲੀ ਦੀ ਲੁੱਡਣ ਦੀ ਸਮਝ ਲਓ ਪੂਛ ਨੇ ਥੋੜੀ ਖੁੱਚਾਂ ਤੇ ਲਾਈ ਹੋਈ ਹੈ ਇਹ ਅੱਲਾ ਦੇ ਹੁਕਮ ਨਾਲ ਆ ਵੇਖ ਲਓ ਹਾਂ ਪੂਛ ਦੀ ਜਮਾਂਦਰੂ ਹੀ ਇਸ ਤਰ੍ਹਾਂ ਨੇ ਜਿਹੜੀਆਂ ਚੰਗੀਆਂ ਮੱਜਾਂ ਹੁੰਦੀਆਂ ਨੇ ਇਹ ਦੇਖੋ ਮਾਸ਼ਾਅੱਲਾ ਬਕਾਇਆ ਸੀ ਭਾ ਨੂੰ ਪੁੱਛਾਂਗੇ ਇਹ ਭਾ ਇਹਦੇ ਮਗਰ ਕੀ ਆ ਮਗਰ ਕਟਾ ਬਾਹਂਦੇ ਮਗਰ ਇਹਦੇ ਕਟਾ ਪਹਿਲੇ ਜਨਮ ਪਹਿਲਾ ਨਾ ਨਾ ਮਾਸ਼ਾਅੱਲਾ ਪਹਿਲਾਂ ਪਹਿਲਾਂ ਵਾਹ ਪਹਿਲਾ ਨਾ ਇੱਕ ਹੱਡੀ ਦੀ ਮਾਸ਼ਾਅੱਲਾ ਚੰਗਾ ਹਵਾਨਾ ਇਲਾਈ ਫਿਰਦੀ ਥਣ ਬੜਾ ਇਹਨੇ ਪਿਆਰਾ ਲਾਇਆ ਇਹ ਤੁਸੀਂ ਵੇਖ ਰਹਾ ਜੀ ਅੱਲਾ ਦੇ ਹੁਕਮ ਨਾਲ ਬਕਾਇਆ ਇਸ ਭਾਈ ਨੂੰ ਅਸੀਂ ਪੁੱਛ ਲੈਣੀਆਂ ਬਰੀਕ ਬੜੀ ਆ ਇੱਕ ਹੱਡੀ ਦੀ ਮਾਸ਼ਾਅੱਲਾ ਪੁੱਠਾ ਬੜਾ ਪਿਆਰਾ ਹਰ ਸ਼ਾਇ ਤੁਹਾਡੇ ਸਾਹਮਣੇ ਆ ਇਨਸ਼ਾਅੱਲਾ ਅਸੀਂ ਆਪਦੀ ਮਿਹਨਤ ਕੋਸ਼ਿਸ਼ ਦੇ ਨਾਲ ਤੁਹਾਨੂੰ ਅਰਸ਼ਦ ਅਲੀ ਟੀਵੀ ਤੇ ਚੰਗੇ ਚੰਗੇ ਜਾਨਵਰ ਕੋਸ਼ਿਸ਼ ਕਰੀਦੀ ਐ ਕੋਈ ਕਮੀ ਕਿਤਾਈ ਨਾ ਹੋਵੇ ਤੇ ਕੋਈ ਕਮੀ ਨਾ ਰਹਿ ਜਾਵੇ ਕਿਸੇ ਪਾਸਿਓਂ ਇਨਸ਼ਾਅੱਲਾ ਇਹ ਪਾਏ ਦੇ ਥੱਲੇ ਦੁੱਧ ਦੱਸੀ ਯਾਰ ਦੁੱਧ ਪਾਏ ਦੇ ਕੋਲੇ 11 ਦਿਨ ਅੱਜ ਹੋ ਗਏ ਸੂਈ ਨੂੰ 11 ਦਿਨ ਹੋ ਗਏ ਨੇ ਸੂਈ ਨੂੰ 11 ਦਿਨ ਅੱਜ ਸੂਈ ਨੂੰ ਅੱਛਾ ਐਵੇਂ ਆਖੀਏ ਕੱਲ ਸੂਈ ਪਰਸੋਂ ਸੂਈ ਬੋਲਾ ਚਲੋ ਮਿਹਰਬਾਨੀ ਮਿਹਰਬਾਨੀ ਇਹ ਤਾਂ ਹੋਵੇ ਕਿ ਵੀਰੇ ਇੱਥੇ ਸੱਚੀ ਸੱਚੀ ਝੂਠ ਨਹੀਂ ਹੋਵੇਗਾ ਅੱਛਾ ਦੁੱਧ ਦੇ ਕੋਲੇ ਹਾਜ਼ਰ ਮੌਕੇ ਸਾਰਾ ਨਿਚੋੜ ਕਰਕੇ ਮੇਰੇ 13 ਗੜਵੀਆਂ ਬੱਚੇ ਨੂੰ ਨਾ ਛੱਡੀਏ ਬੱਚੇ ਨੂੰ ਨਾ ਛੱਡੀਏ ਤਾਂ 13 ਗੜਵੀਆਂ ਜੇ ਬੱਚੇ ਨੂੰ ਛੱਡੀਏ ਤਾਂ ਫਿਰ 12 ਕਿਲੋ ਚੋਣੇ ਪੈਂਦਾ 12 ਕਿਲੋ ਕੋਈ ਬੰਦਾ ਆਵੇ ਇੱਥੇ ਚਵਾ ਦੇਗਾ ਚਵਾਵਾਂਗਾ ਮੈਂ 2 ਟਾਈਮ 4 ਟਾਈਮ 10 ਟਾਈਮ ਜਿੰਨੇ ਦਿਨ ਮਰਜੀ ਮੈਂ ਚੋਲ ਆਵਾਂ ਤੇ ਆਪਣੇ ਇੱਥੇ ਆਨ ਕੇ ਇੱਥੇ ਆਨ ਤੇ 11.5 ਕਿਲੋ ਮੈਂ ਕੋਲੇ ਦੁੱਧ ਮੈਂ ਨਾ ਲਵਾ ਤੇ ਉਹ ਜੇ 11.5 ਕਿਲੋ ਵੀ ਹੋਵੇ ਤਾਂ ਖਰਚਾ ਦੇਵੇਂਗਾ ਜਿਹੜਾ ਇਨਸ਼ਾ ਅੱਲਾਹ ਤਾਲਾ ਦੇ ਆਂਦਾ ਜਿਹੜੀ ਮੈਂ ਗੱਲ ਕੀਤੀ ਆ ਆਦੀ ਗੱਲ ਤੋਂ ਨਹੀਂ ਪਾਈਦਾ ਨਹੀਂ ਪਾਈਦਾ ਨਹੀਂ ਪ ਮੋਲਨ ਦਾ ਭਾਈ ਜਿੰਨਾ ਮਰਜ਼ੀ ਕੀਤੀ ਰੱਖੀ ਹੈ ਹਾਂਜੀ ਆਪਾਂ ਫਾਈਨਲ ਮੈਂ ਤੁਹਾਨੂੰ ਦਿਆਂ ਤੇ 330000 ਦੀ 330000 ਦੀ ਸ਼ਫਕਤ ਕਰਦੇ ਵੇਲਾ ਮੇਰਾ ਸਫਰ ਵੇਲਾ ਤੇ ਮੈਂ ਕਿੱਡੀ ਦੂਰੋਂ ਆਇਆ ਤੇ ਫਿਰ ਵੀ ਗੱਲ ਉੱਥੇ ਰੱਖੀ ਤੂੰ ਸ਼ਫਕਤ ਕਰ ਲਾਂ ਤੇ ਕੋਈ ਭਰਾ ਬੂਹੇ ਤੇ ਆ ਤੇ ਇਨਸ਼ਾ ਅੱਲਾਹ ਤੇਰੀ ਇੱਜ਼ਤ ਕਰਾਂ ਕਰ ਦੇ ਮੇਰੀ ਇੱਜ਼ਤ ਇੱਥੇ ਕਰ ਦੇ ਫਿਰ ਚਲੋ ਉਹ ਬਾਅਦ ਦੀਆਂ ਗੱਲਾਂ ਨੇ ਚਲੋ ਕੋ 5000 ਕੱਟ ਕਰ ਲਾਂ 325000 ਕਰ ਲਓ ਜੀ 325000 ਰਾਬਤਾ ਨੰਬਰ ਹੁੰਦਾ 0302 3844697 ਇਸੇ ਨੰਬਰ ਤੇ ਵਟਸਐਪ ਬਣਾਇ ਮੋ ਬਣੀ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਇਹ ਵਾਸਤੇ ਲੈ ਕੇ ਅਸੀਂ ਹਾਜ਼ਰ ਹੋਏ ਆਂ ਅੱਲਾ ਦੇ ਹੁਕਮ ਨਾਲ ਲੰਬਾਈਆਂ ਬੜੀਆਂ ਨੇ ਮਾਜੀਆਂ ਕੈਮਰਾਮੈਨ ਸਾਹਿਬ ਲੰਬਾਈ ਵਹਾਓ ਇਹ ਹਰ ਹਰ ਮਾਜ ਦੀ ਲੰਬਾਈ ਇੰਨੀ ਨਹੀਂ ਹੁੰਦੀ ਇਹ ਨੀਲੀ ਦੀਆਂ ਨਿਸ਼ਾਨੀਆਂ ਨੇ ਇਹ ਪੂਰੇ ਕੈਮਰੇ ਚ ਮੱਜ ਨਹੀਂ ਆ ਰਹੀ ਇਹ ਤੁਸੀਂ ਦੇਖ ਰਹੇ ਜੇ 12 ਲੀਟਰ ਦੀ ਮਾਲਕ ਨੇ ਗਾਰੰਟੀ ਦਿੱਤੀ ਹੈ ਮਾਲਕ ਇਹ ਗੱਲ ਕਹਿੰਦਾ ਮੈਂ ਨਹੀਂ ਕਹਿੰਦਾ ਵੀ 12 ਲੀਟਰ ਜਾਂ ਸਾਢੇ 11 ਹੋਵੇ ਤੇ ਖਰਚਾ ਦੇਾਂਗਾ ਇਨਸ਼ਾਅੱਲਾ ਇਹ ਅਰਸ਼ਦ ਅਲੀ ਟੀਵੀ ਤੇ ਕੈਮਰਾ ਮਾਰ ਬੰਦੇ ਵੱਲ ਨੂੰ 11.5 ਘੜੀਆਂ ਦੁੱਧ ਹੋਵੇ ਭਾਈ ਗਫਾਰ ਹਾਂਜੀ ਮੈਂ 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 ਦਾ 50000 ਰੁਪਏ ਜੁਰਮਾਨਾ ਦੇਵਾਂਗਾ ਲੋ ਜੀ ਖਰਚਾ ਅਗਲਾ ਗੁਜ਼ਾਰ ਕਰਕੇ ਆਵੇ ਦੋ ਕਰਕੇ ਆਵੇ ਉਹ ਖਰਚਾ ਵੀ ਦੇਵਾਂਗਾ ਹਾਂ ਖਰਚਾ ਵੀ ਕਰਾਂ 50000 ਰੁਪਏ ਜੁਰਮਾਨਾ ਵੀ ਲੋ ਜੀ ਅਰਸ਼ਦ ਅਲੀ ਟੀਵੀ ਤੇ ਇਨਸ਼ਾਅੱਲਾ ਇਦਾਂ ਦੀਆਂ ਗੱਲਾਂ ਤੁਹਾਨੂੰ ਮਿਲਣੀਆਂ ਨੇ ਬੰਦਾ ਇਹ ਗੱਲ ਕਹਿੰਦਾ ਹੈ ਕਿ 12 ਤੋਂ 11.5 ਹੋਵੇ ਦੁੱਧ ਇਹਦੇ ਥੱਲੇ ਤੇ ਆਪਣਾ ਆਪਣਾ ਮੈਂ ਖਰਚਾ ਵੀ ਦੇਵਾਂਗਾ ਸਾਰਾ ਮਾਮਲਾ ਕਰਾਂਗਾ ਅੱਲਾ ਦੇ ਹੁਕਮ ਨਾਲ ਵਾਹੋ ਜੀ ਕੈਮਰਾਮੈਨ ਸਾਹਿਬ ਫਿਰ ਬਕਾਇਆ ਤੁਹਾਨੂੰ ਇਨਸ਼ਾਅੱਲਾ ਪਿਓਰ ਜਾਨਵਰ ਨਾਲ ਮੇਰੀ ਮੈਂ ਨੇ ਇਤਕਰ ਮੈਲਾ ਨਹੀਂ ਸੱਟਾ ਮੈਂ ਮੇਰੀ ਅੱਲਾ ਦੇ ਹੁਕਮ ਨਾਲ ਅਗਲੇ ਆਪ ਦੇ ਦੁੱਧ ਪੁੱਤਰ ਨਸੀਬਾਂ ਦਾ ਹਾਂਜੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮੈਂ ਮੇਰੀ 15 16 ਕਿਲੋ ਦੀ ਮਾਲਕ ਬਣੇਗੀ 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 ਅੱਲਾ ਦੇ ਹੁਕਮ ਨਾਲ ਮੈਲਾ ਸੱਟ ਲੈਣ ਦਿਓ ਮੈਂ ਅੱਛਾ ਜੀ ਚਲੋ ਜੀ ਮਾਸ਼ਾਅੱਲਾ ਇਹ ਤੇਰੀ ਮੁਹੱਬਤ ਆ 3 ਲੱਖ ਤੇ 25 ਹਜ਼ਾਰ ਇਹਦੇ ਚੋਂ ਵੀ ਇਨਸ਼ਾਅੱਲਾ ਅਸੀਂ ਮੁਹੱਬਤ ਕਰਾਵਾਂਗੇ ਉਮੀਦ ਕਰਾਂਗੇ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਲਾਈਕ ਤੇ ਸ਼ੇਅਰ ਕਰਨ ਲੱਗੇ ਨਹੀਂ ਭੁੱਲਣਾ ਬੰਦੇ ਦਾ ਕਹਿਣਾ ਇਹ ਕੱਟਾ ਵੇਹ ਲੋ ਇਹ ਭਾਈ ਦਾ ਭਾਈ ਇਹਦਾ ਨਾਮ ਕੀ ਤੁਹਾਡਾ ਮੇਰਾ ਨਾਮ ਫਿਆਜ਼ ਹੈ ਫਿਆਜ਼ ਭਾਈ ਇਹ ਕੱਲ ਕਹਿੰਦੇ ਨੇ ਵੀ 11.5 ਕਿਲੋ ਦੁੱਧ ਹੋਵੇ 50000 ਜੁਰਮਾਨਾ ਦਿਆਂਗਾ ਕੋਈ ਦੋ ਟੰਗ ਚਾਰ ਡੰਗ ਚੋ ਲਵੇ ਕੋਈ ਤੇ ਮੈਂ ਆਉਣ ਦਾ ਖਰਚਾ ਵੀ ਦਿਆਂਗਾ ਇਨਸ਼ਾਅੱਲਾ ਅਰਸ਼ਦ ਅਲੀ ਟੀਵੀ ਤੇ ਤੁਹਾਨੂੰ ਇਸ ਤਰ੍ਹਾਂ ਦੇ ਸੱਚੇ ਤੇ ਪੱਕੇ ਸੌਦੇ ਮਿਲਨੇ ਨੇ ਅੱਲਾ ਦੇ ਹੁਕਮ ਨਾਲ ਸ਼ੌਕ ਨਾ ਕੱਟਾ ਰੱਖਿਆ ਵਾਅਦਾ ਕੈਮਰਾਮੈਨ ਸਾਹਿਬ ਇਹ ਭਾਈ ਇਹ ਫਿਆਜ਼ ਸਾਹਿਬ ਨੇ ਸ਼ੌਕ ਨਾ ਕੱਟਾ ਰੱਖਿਆ ਇਹ ਕੱਟਾ ਇਹ ਕਹਿਣਾ ਕਿ ਮੈਂ ਕਦੇ ਵੀ ਨਹੀਂ ਬੰਨਿਆ ਬਕਾਇਆ ਡੰਗ ਸਾਰੇ ਬੰਨੇ ਹੋਏ ਨੇ ਹਾਂ ਤੇ ਇਹ ਨਹੀਂ ਕਹਿੰਦਾ ਮੈਂ ਇਹ ਭਾਈ ਫਿਆਲ ਨਹੀਂ ਬਣਿਆ ਨਹੀਂ ਕਦੇ ਵੀ ਨਹੀਂ ਬਣਿਆ ਨਹੀਂ ਬਣਿਆ ਇਹ ਖੁੱਲਾ ਹੀ ਰਹਿੰਦਾ ਖੁੱਲਾ ਹੀਵੇਂ ਰਹਿੰਦਾ ਰਾਤ ਨੂੰ ਵੀ ਤੇ ਦਿਨੇ ਵੀ ਇਹ ਖੁੱਲਾ ਹੀ ਰਹਿਣਾ ਨੇ ਉੱਥੇ ਖਾਵੇ ਤੇ ਬਕਾਇਆ ਨੇ ਕਟੀਆਂ-ਕੁਟੀਆਂ ਰੱਖੀਆਂ ਨੇ ਤੇ ਇਨਸ਼ਾਅੱਲਾ ਇਹ ਤੁਸੀਂ ਹਰਸ਼ਾ ਦੇਖ ਲਈਏ ਇਹ ਅੱਲਾਹ ਦੇ ਹੁਕਮ ਨਾਲ ਕੁਦਰਤੀ ਚੰਦ ਬਣਿਆ ਰੱਬ ਆ ਕੁਦਰਤੀ ਚੰਦ ਬਣਿਆ ਵਹਾਦੇ ਯਾਰ ਮੜਾ ਜਾ ਸਾਨੂੰ ਇਹ ਐ ਵੇਖ ਲੋ ਇਹ ਚੰਦ ਬਣਿਆ ਜੇ ਕੁਦਰਤੀ ਇਹ ਅੱਲਾਹ ਦੇ ਘਰ ਰੱਖਿਆ ਆਪਾਂ ਕੋ ਬਦ 10 ਲੱਖ ਰੁਪਈਆ ਵੀ ਇਹਦਾ ਦੇਵੇ ਆਪਾਂ ਕੱਟਾ ਵੇਚ ਫਿਆਦ ਭਾਈ ਮੈਂ ਸ਼ੌਕ ਨਾਲ ਵਹਾਇਆ ਸੀ ਅਸੀਂ ਕਿਹੜਾ ਵੀ ਕਾ ਵੇਚ ਲਈ ਇਹ ਆਪਣੀਆਂ ਗੱਟੀਆਂ ਨੇ ਮਾਸ਼ੱਲਾ ਮੇਰੀਆਂ ਘਰ ਦੀਆਂ ਸਾਰੀਆਂ ਅੱਛਾ ਆ ਜਿਹੜੀਆਂ ਇਹਨਾਂ ਵਾਸਤੇ ਫਿਰ ਮੈਂ ਲਿਆਂਦਾ ਅੱਛਾ ਇਹਨਾਂ ਕੱਟੀਆਂ ਵਾਸਤੇ ਭਾਈ ਫਿਆਦ ਕਹਿੰਦਾ ਇਹ ਕੱਟੀਆਂ ਵਹਾ ਦੇ ਕੈਮਰਾਮੈਨ ਸਾਹਿਬ ਰੋਜ਼ ਰੋਜ਼ ਕਿੱਧਾ ਪਾ ਫਿਆਦ ਕੋਲ ਆ ਜਾਣਾ ਕੱਟੀਆਂ ਵੀ ਅੱਲਾਹ ਦੇ ਕੋਲ ਉਹਨਾਂ ਮਈਆਂ ਦੀਆਂ ਨੇ ਹਾਂਜੀ ਜਿਹੜੀਆਂ 20-20 ਕਿਲੋ ਦੁੱਧ ਕਰਦੀਆਂ ਰਹੀਆਂ ਇਹ ਕੱਟੀ ਨੂੰ ਗੋਲ ਲੱ ਬਿਲਕੁਲ ਕੋਈ ਸ਼ੱਕ ਨਹੀਂ ਬੜਾ ਪਿਆਰਾ ਗੋਲ ਲੱਗਾ ਵੰਡ ਬੇਰ ਲੇ ਵੇਖ ਅੱਛਾ ਇਹ ਕਟੀਆਂ ਘੜਦੀਆਂ ਲੈ ਕੇ ਆਇਆ ਕਿਦੋਂ ਘੜਦੀਆਂ ਘੜਦੀਆਂ ਮੱਜਾਂ ਦੇ ਮਗਰੇ ਜਿਹੜੇ ਸੂਵੇ ਪੀ ਕੇ ਮੈਂ ਵੇਚੀਆਂ ਨੇ ਉਹਦਾ ਮਾਵਾਂ ਦੀਆਂ ਧੀਆਂ ਨੇ ਅੱਛਾ ਜਿਹੜੀਆਂ ਸੂਵੇ ਪੀ ਕੇ ਤੂੰ ਵੇਚੀਆਂ ਨੇ ਹੁਣ ਮਾੜੀ ਤੂੰ ਚੰਗੀ ਚੰਗੀ ਲਿਆਣਾ ਇਸ ਗੱਲ ਦਾ ਤਾਂ ਮੈਨੂੰ ਪਤਾ ਮਾਲ ਲੱਹ ਦੇ ਕੋ ਨਾਲ ਚੰਗੀ ਹੁੰਦੀ ਹੈ ਹਾਂਜੀ ਵਾਕੇ ਅੱਛਾ ਇਹਨੇ ਜੋ ਕੋਈ ਕੱਟੀ ਕੋਈ ਬੰਦਾ ਮੰਗੇ ਦੇ ਦੇਗਾ ਨਹੀਂ ਅੱਛਾ ਵੈਸੇ ਸ਼ੌਕ ਨਾਲ ਅੱਛਾ ਸ਼ੌਕ ਨਾਲ ਵਹਾਣਾ ਦੇਣੀ ਨਹੀਂਗੀ ਅੱਛਾ ਅੱਛਾ ਆ ਸਿੰਗੀਆਂ ਵਾਹੋ ਜੀ ਕੈਮਰਾਮੈਨ ਸਾਹਿਬ ਇੱਧਰ ਹੋ ਕੇ ਇਹ ਇਹ ਮਾਸ਼ਾਅੱਲਾ ਇਹਨੇ ਘਰੇ ਰੱਖੀਆਂ ਸ਼ੌਕੀਆ ਤੌਰ ਤੇ ਖਾ ਰਹੇ ਆ ਤੁਹਾਨੂੰ ਇਹ ਮੱਝ ਆਏ ਦੇ ਕੋਲੇ ਪਹਿਲਾਂ ਝੋਟੀ ਦੁੱਧ 12 ਕਿਲੋ ਨੇ ਦੱਸਿਆ ਇਹ ਇਨਸ਼ਾਅੱਲਾ ਉਮੀਦ ਕਰਾਂਗੇ ਅੱਛਾ ਇਸ ਕਿਲੇ ਤੋਂ 20 ਲੀਟਰ ਵੀ ਗਈ 22 ਲੀਟਰ ਵੀ ਗਈ ਹੈ ਅੱਛਾ ਇਹ ਅਲਹਮਦੁਲਿਲਾ ਮੈਂ ਹੀ ਵੇਚੀਆਂ 20 ਲੀਟਰੀਆਂ ਤੇ 22 ਲੀਟਰੀਆਂ ਹੋਰ ਕਿਸੇ ਨੇ ਦਿੱਤੀਆਂ ਵੀ ਕੋਈ ਨਹੀਂ ਅੱਛਾ ਗੱਲਾਂ ਨਾਲ ਨਹੀਂ ਦੀਆਂ ਮੈਂ ਵੇਚੀਆਂ ਵੀ ਨੇ ਅੱਛਾ ਜੀ ਖਾਈਆਂ ਵੀ ਨਹੀਂ ਸਾਰੇ ਜਹਾਨ ਨੂੰ ਪਤਾ ਵੀ 20 ਲੀਟਰ ਮੈਂ ਇੱਥੋਂ ਹੀ ਲਾ ਲਿਆ ਪਾ ਫਿਆ ਜਿਹੜੀ ਤੂੰ ਗਾਰੰਟੀ ਦੇ ਚੁੱਕਿਆ ਮੈਂ ਤਾਂ ਕਹਿੰਦਾ ਇਨਸ਼ਾਅੱਲਾ ਗੱਲਾਂ ਤੇਰੀਆਂ ਸੱਚੀਆਂ ਮੈਨੂੰ ਲੱਗਦੀਆਂ ਸੱਚੀਆਂ ਇੱਥੇ ਯਾਰ ਕੋ ਭਰਾ ਆ ਜਾਵੇ ਖਰਚਾ ਕਰਕੇ ਆ ਜਾਵੇ ਕੋ 100 ਬਿਆਨਾਂ ਨਾ ਕਰਾਵੇ ਆਂ ਤੇ ਦੇ ਇੰਨੀ ਵੱਡੀ ਹੁੰਦੀ ਆ ਇੰਨੀ ਵੱਡੀ ਹੁੰਦੀ ਹੋਰ ਥੋੜੀ ਜਿਹੀ ਇੱਕ ਹੋਰ ਰਿਕਵੈਸਟ ਆ ਮਰਤਜ਼ਾ ਟੀਵੀ ਤੁਹਾਡਾ ਇਹ ਬਹੁਤ ਅੱਛਾ ਤੇ ਪਿਆਰਾ ਚੈਨਲ ਆ ਇਨਸ਼ਾਅੱਲਾ ਉਹਨੂੰ ਵੀ ਸਬਸਕ੍ਰਾਈਬ ਕਰੋ ਵੇਖੋ ਵਿਜ਼ਿਟ ਕਰੋ ਅੱਲਾ ਦੇ ਹੁਕਮ ਅੰਚੰਗੇ ਚੰਗੇ ਜਾਨਵਰ ਤੁਹਾਨੂੰ ਦਿਖਾਉਂਦਾ ਸੋਦੇ ਨਸੀਬਾਂ ਦੇ ਨੇ ਇਨਸ਼ਾਅੱਲਾ ਉਮੀਦ ਕਰਾਂਗੇ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਪਸੰਦ ਆਵੇ ਲਾਈਕ ਸ਼ੇਅਰ ਜ਼ਰੂਰ ਕਰਨੀ ਮਿਲਦੇ ਆ ਅੱਛੀ ਤੇ ਬੇਹਤਰੀ ਵੀਡੀਓ ਨਾਲ ਅੱਲਾ ਨਿਗ੍ਹਿਬਾਨ ਪਾਕਿਸਤਾਨ ਜ਼ਿੰਦਾਬਾਦ